ਪੰਜਾਬ 'ਚ ਪਿਛਲੇ ਸਾਲ ਵੱਖ ਵੱਖ ਥਾਵਾਂ 'ਤੇ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਲਈ ਪੰਜਾਬ ਸਰਕਾਰ ਵੱਲੋਂ April 2017 'ਚ ਜਸਟਿਨ ਰਣਜੀਤ ਸਿੰਘ ਕਮਿਸ਼ਨ ਬਣਾਇਆ ਗਿਆ ਤਾਂ ਜੋ ਇਹਨਾਂ ਘਟਨਾਵਾਂ ਸੰਬੰਧੀ ਅਸਲ ਤੱਥ ਸਾਹਮਣੇ ਆ ਸਕਣ। ਇਹ ਕਮਿਸ਼ਨ ਹਾਈਕੋਰਟ ਦੇ ਸਾਬਕਾ ਜੱਜ ਰਣਜੀਤ ਸਿੰਘ ਅਤੇ ਉਹਨਾਂ ਦੀ ਮਦਦ ਲਈ ਨਿਯੁਕਤ ਕੀਤੇ ਹਾਈਕੋਰਟ ਦੇ ਅਧਿਕਾਰੀ ਨਾਭਾ ਦੇ ਪਿੰਡ ਅਤੇ ਕਰਾਲਾ 'ਚ ਪਹੁੰਚੇ ਅਤੇ ਪਿੰਡ ਦੇ ਲੋਕਾਂ ਨੇ ਇਹਨਾਂ ਘਟਨਾਵਾਂ ਦੇ ਸੰਬੰਧੀ ਅੰਕੜੇ ਇਕੱਠੇ ਕੀਤੇ। ਜ਼ਿਕਰਯੋਗ ਹੈ ਕਿ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਵੱਲੋਂ April 2017 'ਚ ਇਹ ਕਮਿਸ਼ਨ ਬਣਾਇਆ ਗਿਆ ਸੀ, ਜਿਸਨੇ May 2017 ਤੋਂ ਆਪਣਾ ਕੰਮ ਸ਼ੁਰੂ ਕੀਤਾ। ਇਹਨਾਂ ਵੱਲੋਂ ਪੰਜਾਬ 'ਚ ਹੋਈਆਂ ਤਕਰੀਬਨ 122 ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕਰਨੀ ਹੈ, ਜਿਸ 'ਚ ਜ਼ਿਆਦਾ ਘਟਨਾਵਾਂ ਪੰਜਾਬ ਦੇ ਲੁਧਿਆਣਾ, ਅੰਮ੍ਰਿਤਸਰ ਅਤੇ ਜਲੰਧਰ 'ਚ ਹੋਈਆਂ। ਪੰਜਾਬ 'ਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ, ਗੁਟਕਾ ਸਾਹਿਬ, ਕੁਰਾਨ ਸ਼ਰੀਫ, ਭਗਵਤ ਗੀਤਾ ਅਤੇ ਹੋਰ ਧਾਰਮਿਕ ਪੁਸਤਕਾਂ ਦੀ ਬੇਅਦਬੀ ਹੋਈ ਸੀ। ਇਸ ਸੰਬੰਧ ਗੱਲ ਕਰਦੇ ਹੋਏ ਜਸਟਿਸ ਰਣਜੀਤ ਸਿੰਘ ਨੇ ਦੱਸਿਆ ਕਿ ਕਮਿਸ਼ਨ ਵੱਲੋਂ ਪੰਜਾਬ ਅੰਦਰ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕੀਤੀ ਜਾ ਰਹੀ ਹੈ, ਜੋ ਕਿ April 2018 ਤੱਕ ਪੂਰੀ ਹੋ ਜਾਵੇਗੀ। ਉਹਨਾਂ ਨੇ ਕਿਹਾ ਕਿ ਬਾਈਬਲ ਕੜਾ, ਬਗਰਾੜੀ, ਕੋਟਕਪੁਰਾ ਵਰਗੀਆਂ ਘਟਨਾਵਾਂ ਦੀ ਰਿਪੋਰਟ ਇਸ ਮਹੀਨੇ ਹੀ ਪੇਸ਼ ਕਰਨ ਦੀ ਉਮੀਦ ਹੈ ਅਤੇ ਬਾਕੀ ਘਟਨਾ ਦੀ ਵੀ ਜਾਂਚ ਤੈਅ ਸਮੇਂ 'ਚ ਹੋ ਜਾਵੇਗੀ। ਸਾਰੇ ਜਿਹੜੇ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਪੰਜਾਬ ਦੇ ਵਿੱਚ ਪਿਛਲੇ 2015 ਤੋਂ ਲੈ ਕੇ, ਉਹਨਾਂ ਦੀ ਜਾਂਚ ਵਾਸਤੇ ਕਮਿਸ਼ਨ ਬਣਿਆ। ਸਰ, ਕੀ ਅੱਗੇ ਮਤਲਬ ਕਿ ਨਾਭਾ ਵਿਖੇ ਕਿੰਨੇ ਕਿਹੜੇ ਕਿਹੜੇ ਡਿਸਟ੍ਰਿਕਟ ਕੀਤੇ? ਨਾਭਾ ਨਹੀਂ, ਪਟਿਆਲੇ ਡਿਸਟ੍ਰਿਕਟ ਵਿੱਚ 2 ਸੀਗੇ ਇੰਸੀਡੈਂਟਸ, ਉੱਥੇ ਜਾ ਕੇ ਆਏ ਜੀ। ਇੱਕ ਪਿੱਛੇ ਪਿੰਡ ਵਿੱਚ ਸੀਗਾ, ਇੱਕ ਇੱਥੇ ਸੀਗਾ। ਪਟਿਆਲਾ ਡਿਸਟ੍ਰਿਕਟ ਦੇ 2 ਇੰਸੀਡੈਂਟ ਸੀ ਜਿਹਨਾਂ ਨੂੰ ਅਸੀਂ ਮੌਕਾ ਦੇਖਣ ਆਏ ਸੀ। ਤੁਹਾਨੂੰ ਦੱਸਣਾ ਜੀ, ਕਮਿਸ਼ਨ ਦੀਆਂ ਜਿਹੜੀਆਂ ਰਿਕਮੈਂਡੇਸ਼ਨ ਹੁੰਦੀਆਂ ਨੇ ਉਹ ਗੌਰਮੈਂਟ ਵਾਸਤੇ ਹੁੰਦੀਆਂ ਨੇ, ਉਹਨਾਂ ਨੂੰ ਡਿਸਕਲੋਜ਼ ਨਹੀਂ ਕੀਤਾ ਜਾ ਸਕਦਾ। ਜੋ ਸਾਡੀ ਇਨਵੈਸਟੀਗੇਸ਼ਨ ਜਾਂ ਇਨਕੁਆਇਰੀ ਵਿੱਚ ਆਊਗਾ ਉਹ ਅਸੀਂ ਗੌਰਮੈਂਟ ਨੂੰ ਲਿਖ ਕੇ ਦਿਆਂਗੇ। ਕਦੋਂ ਤੱਕ ਸਰ ਇਸਦੀ ਰਿਪੋਰਟ ਤਿਆਰ ਹੋ ਜਾਏਗੀ ਜਿਹੜੀ ਅੱਗੇ ਸਰਕਾਰ ਦੀ? ਇੱਕ ਪਾਰਟ ਆਫ ਰਿਪੋਰਟ ਜਿਹੜੀ ਆ ਇਸ ਮਹੀਨੇ 'ਚ ਸ਼ਾਇਦ ਦੇ ਦੇਈਏ। ਉਹ ਜਿਹੜਾ ਸਾਡਾ ਸਮਾਂ ਹੈਗਾ ਜਿਹੜਾ ਕਿ ਆਪਣਾ ਹੈਗਾ April ਤੱਕ, ਉਸ ਤੋਂ ਪਹਿਲਾਂ ਕੋਸ਼ਿਸ਼ ਕਰਾਂਗੇ ਸਾਰੀਆਂ ਘਟਨਾਵਾਂ ਦੀ ਰਿਪੋਰਟ ਦਿੱਤੀ ਜਾਵੇ। ਨਾਭਾ ਤੋਂ ਸੁਖਚੈਨ ਸਿੰਘ, ਜੀਵੇ ਪੰਜਾਬ TV।